ਵੈਲਕਮ ਹੈ ਗਾਈਸ, ਕੀ ਹਾਲ ਚਾਲ ਹੈ? ਸਭ ਤੋਂ ਫੁੱਲ ਸਾਰੇ ਵਧੀਆ ਹੋਵੋਗੇ। ਅੰਮ੍ਰਿਤਧਾਰੀ ਸਿੰਘ, ਜਸਕਰਨ ਰਿਆੜ, ਅਰਬਨ ਰੂਲਰਸ, ਮੈਨੂੰ ਲੱਗਦਾ ਵੀਰਾ ਐਤਕੀ ਹੋਰ ਥੋੜ੍ਹਾ ਖਰਾ ਜਿਹਾ ਚੱਲੂਗਾ। ਅਤੇ ਮੇਰੇ ਵਰਗੇ ਜਿਹੜੇ ਨਹੀਂ ਹੈਗੇ ਅੰਮ੍ਰਿਤਧਾਰੀ ਸਿੱਖ, ਅਤੇ ਪੂਰਾ ਮਤਲਬ ਬਾਣੇ 'ਚ ਨਹੀਂ ਹੈਗੇ, ਉਹਨਾਂ ਵਾਸਤੇ ਇਹ ਗੀਤ ਹੈ ਅਤੇ ਜ਼ਰੂਰ ਸੀਰੀਅਸਲੀ ਸੁਣਨਾ ਚਾਹੀਦਾ ਆਪਾਂ ਨੂੰ। ਚਲੋ ਕੜੇ ਤਾਂ ਹੈਗੇ ਗੁੱਟਾ ਦਾ, ਉਹ ਕੜੇ ਗੁੱਟਾਂ ਹੁੰਦੇ ਨਾਲੇ ਆ ਸਿਮਰਨੇ ਸਿਰਾਂ ਤੇ ਦਸਤਾਰਾਂ ਹੁੰਦੀਆਂ, ਉਹ ਪੰਜ ਬਾਣੀਆਂ ਸਵੇਰੇ ਸ਼ਾਮੀ ਰਹਿ ਰਾਸ ਹੇਕਾਂ ਵਿੱਚ ਵਾਰਾਂ ਹੁੰਦੀਆਂ। ਉੱਤੋਂ ਦੀ ਪਾਏ ਨੇ ਸ੍ਰੀ ਸਾਹਿਬ ਨੀ, ਉਹ ਉੱਤੋਂ ਦੀ ਪਾਏ ਨੇ ਸ੍ਰੀ ਸਾਹਿਬ ਨੀ, ਤੇ ਦਾੜੇ ਵੀ ਸਜਾ ਕੇ ਆਉਣਗੇ। ਇਹ ਬਾਜਾਂ ਵਾਲੇ ਦੇ ਹੀ ਸਾਰੇ ਬਾਜਿਆਂ ਨੀ ਏਦਾਂ ਹੀ ਉਡਾਰੀ ਲਾਉਣਗੇ। ਇੱਕ ਗੱਲ ਸੁਣ ਲਈ ਆਪਾਂ ਕਿ ਪਹਿਲਾ ਵੈਰੀ ਦਾ ਵਾਰ, ਦੂਜਾ ਸਾਡਾ। ਪਹਿਲਾਂ ਬੋਲੀ ਦਾ ਨੀ, ਫੇਰ ਪਿੱਛੇ ਹਟੀ ਦਾ ਨੀ, ਜਦੋਂ ਪੰਗਾ ਪੈ ਜਾਵੇ। ਬਹੁਤ ਘੈਂਟ ਹਥਿਆਰਾਂ ਦੀ ਨਾ, ਜਸਟ ਗਨ ਵਾਇਲੈਂਸ ਨਾਲ ਜੋ ਇੰਸੀਡੈਂਟਸ ਹੁੰਦੇ ਆ ਸਟੇਟ ਵਾਈਜ਼ ਇੰਡੀਆ ਦੇ ਵਿੱਚ, ਚੈੱਕ ਕਰ ਲਿਓ ਪੰਜਾਬ ਕਿਹੜੇ ਨੰਬਰ 'ਤੇ ਆਉਂਦਾ, ਅਤੇ ਐਕਚੁਅਲ 'ਚ ਕਿਹੜੀਆਂ ਸਟੇਟਸ ਨੇ ਉਹ ਪੰਜਾਬ ਨਾਲੋਂ ਕਿਤੇ ਉੱਪਰ ਆਉਂਦੀਆਂ ਨੇ। ਠੀਕ ਆ, ਇੱਕ ਵਾਰ ਜ਼ਰੂਰ ਸਾਰਿਆਂ ਨੇ ਖੋਲ੍ਹ ਕੇ ਪੜਿਓ। ਠੀਕ ਹੈ, ਕਰਨਾਟਕਾ, ਯੂਪੀ, ਐਪੀ ਬਹੁਤ ਨੇ, ਪੰਜਾਬ ਤਾਂ ਬਹੁਤ ਥੱਲੇ ਜਾ ਕੇ ਹੈ। ਠੀਕ ਹੈ, ਦਿੱਲੀ ਪੰਜਾਬ ਨਾਲ ਉੱਤੇ ਹੈ ਗਨ ਵਾਇਲੈਂਸ ਦੇ ਮਾਮਲੇ 'ਚ। ਸੋ ਪਹਿਲਾਂ ਆਪਣੇ ਹਥਿਆਰ ਬੰਦ ਕਰ ਲਓ, ਪੰਜਾਬ ਦੇ ਘਰਾਂ ਜਾ ਕੇ ਸਾਡੇ ਟਰੰਕ ਬਾਜੋ ਖੋਲ੍ਹ ਲਿਓ। ਅੰਮ੍ਰਿਤਸਰ 'ਚ ਜੇ ਨਹੀਂ ਪਤਾ ਕਿ ਸਾਨੂੰ ਤਾਂ ਪਤਾ ਕਰ ਲਿਓ ਕਿ 80 ਦੇ ਦਹਾਕੇ ਵਾਂਗੂ ਫਿਰ ਉਹੀ ਚੀਜ਼ਾਂ ਨੇ, ਪਿੰਡਾਂ 'ਚ ਜਾ ਜਾ ਕੇ ਟਰੰਕ ਫੋਲ ਕੇ ਲਸੰਸੀ ਹਥਿਆਰਾਂ ਦੇ ਲਸੰਸ ਕੈਂਸਲ ਕਰ ਰਹੇ ਨੇ ਪੰਜਾਬੀਆਂ ਦੇ, ਨਿਹੱਥੇ ਕਰ ਰਹੇ ਨੇ ਸਾਨੂੰ। ਥੋੜ੍ਹਾ ਥੋੜ੍ਹਾ ਸੋਚ ਕੇ ਚੱਲੋ। ਕਦੋਂ ਕੀਮਤੇ ਸ਼ਰਾਬਾਂ ਵਾਲੇ ਗੀਤਾਂ ਤੇ ਕਦੇ ਵੀ ਵਿਚਾਰ ਹੋਇਆ ਨਹੀਂ, ਕਦੋਂ ਫਿਲਮਾਂ 'ਚ ਡਬਲ ਮੀਨਿੰਗ ਗੱਲਾਂ ਤੇ ਹੁਣ ਤਾਈਂ ਸਵਾਲ ਹੋਇਆ ਨਹੀਂ, ਜੇ ਮੰਤਰੀ ਨਹੀਂ ਸੇਫ ਬਿਨਾਂ ਸਿਕਿਉਰਿਟੀ ਤੋਂ ਆਮ ਬੰਦਾ ਕਿੱਦਾਂ ਸੇਫ ਆ, ਸਾਡੇ ਕੋਲ ਇੱਕ ਹੋਵੇ ਇੰਨੀ ਚਿੰਤਾ ਉਹ ਕਿਉਂ ਦੀਆਂ ਨਾਲ ਲੈ ਸਿਆ, ਐਜੂਕੇਟ ਕਰੋ ਸਾਰੀ ਨੌਜਵਾਨੀ ਨੂੰ ਸਹਾਰਾ ਗੁਰਬਾਣੀ ਦਾ ਲਓ, ਇਹ ਅਸਲਾ ਕਿੱਥੇ ਕਦੋਂ ਵਰਤਣਾ ਮਿਸਾਲਾਂ ਇਤਿਹਾਸ 'ਚੋਂ ਦਓ, ਲਾ ਆਦਰੀ ਸਿੰਘਾਂ ਦੇ ਹੱਥ ਦੇ ਦਿਓ, ਲੜਾਈ ਕਹਿੰਦਾ ਸਿੱਖ ਵਰਸੀ ਸਰਕਾਰ ਹੁੰਦੀ ਹੈ, ਸਿਸਟਮ ਹੁੰਦਾ ਹੈ, ਤੇ ਉਹ ਹਿੰਦੂ ਸਿੱਖ ਕਿਵੇਂ ਬਣ ਜਾਂਦੀ ਹੈ, ਜਾਂ ਹਿੰਦੂ ਮੁਸਲਮਾਨ ਜਾਂ ਹਿੰਦੂ ਕ੍ਰਿਸਚਨ, ਹਰ ਤਰੀਕੇ ਦੀ ਉਹ ਗੱਲ ਉਹਦੇ 'ਚ ਸਿਸਟਮ ਬਹੁਤ ਤੇਜ਼ ਤਰੀਕੇ ਨਾਲ ਚੱਲਦਾ ਹੈ। ਠੀਕ ਹੈ, ਕੋਈ ਨਾ ਕੋਈ ਇੱਦਾਂ ਦੀ ਹਰਕਤ ਕਰ ਦਿੰਦੇ ਆ ਜਿਹਦੇ 'ਚ ਕੁਛ ਨਾ ਕੁਛ ਦੂਜੇ ਧਰਮ ਦਾ ਇਨਵੋਲਵ ਹੋ ਜਾਂਦਾ, ਅਤੇ ਉਸ ਤਰੀਕੇ ਨਾਲ ਲੜਾਈ ਹੋ ਜਾਂਦੀ ਆ। ਸੋਚ ਸਮਝ ਕੇ ਚੱਲੀਏ ਯਾਰ। ਸਾਡੇ ਗੁਰੂ ਨੂੰ ਤਾਂ ਸਿੱਖ ਕੌਮ ਫਿਰ ਕਿਸੇ ਨੂੰ ਕੀ ਆਂਦੀ ਆ, ਹਿੰਦੂ ਮੁਸਲਿਮ ਇਸਾਈ ਵਸਨੀਕ ਨੇ ਪੰਜਾਬ ਦੇ ਹੱਕਾਂ ਦੀ ਭਲਾ ਕਿਉਂ ਨਹੀਂ। ਗੱਲ 100% ਆ ਕਿ ਜਿਹੜੇ ਹਿੰਦੂ ਮੁਸਲਿਮ ਤੇ ਹੋਰ ਵੀ ਕਈ ਧਰਮਾਂ ਦੇ ਜਿਹੜੇ ਲੋਕ ਨੇ ਜਿਹੜੇ ਪੰਜਾਬ 'ਚ ਰਹਿੰਦੇ ਆ, ਪੰਜਾਬ ਦਾ ਖਾਂਦੇ ਆ, ਉਹ ਪੰਜਾਬ ਦੇ ਹੱਕਾਂ ਦੀ ਗੱਲ ਕਿਉਂ ਨਹੀਂ ਕਰਦੇ? ਇਹ ਗੱਲ ਦੀ ਗੱਲ ਆ ਨਾ। ਸਿੱਖ ਵੀ ਜਿਹੜੇ ਦੂਜੇ ਸਟੇਟਾਂ 'ਚ ਬੈਠੇ ਆ, ਉੱਥੇ ਉਹਨਾਂ ਨੂੰ ਵੀ ਉਹਨਾਂ ਸਟੇਟਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਆ। ਇਕੱਠੇ ਹੋ ਜਾਈਏ ਯਾਰ, ਇਕੱਠੇ ਹੋ ਜਾਈਏ। ਹਿੰਦੂ ਮੁਸਲਿਮ ਇਸਾਈ ਵਸਨੀਕ ਨੇ ਪੰਜਾਬ ਦੇ ਹੱਕਾਂ ਲਈ ਭਲਾ ਕਿਉਂ ਨਹੀਂ ਬੋਲਦੇ, ਬੋਲਦੇ ਪੰਜਾਬੀ ਖਾਂਦੇ ਇਸੇ ਮਿੱਟੀ ਦਾ, ਫਿਰ ਰੋਂਦੇ ਹੋਏ ਪੰਜਾਬ ਨੂੰ ਕਿਉਂ ਨਹੀਂ
ਕਹਿੰਦਾ ਸਾਡਾ ਗੁਰੂ ਦੇਵ ਨਾ ਜੋ ਆਵਾਜ਼ ਤਾਂ ਇੱਕੋ ਥੱਲੇ ਇੱਕੋ ਝੰਡੇ ਥੱਲੇ ਆਉਣਗੇ ਜੋ ਸਿਆਣੇ ਆ ਸਾਰੇ ਜਵਾਕਾਂ ਨੇ ਕਈ ਇੱਥੇ ਇਹੋ ਜਿਹੀਆਂ ਨਿਊਜ਼ਾਂ ਆਉਂਦੀਆਂ ਨੇ ਜਿੱਥੇ ਕਿ ਮਾਂ ਮਤਲਬ ਸ਼ੀ ਇਜ਼ ਪ੍ਰੈਗਨੈਂਟ ਐਂਡ ਈਵਨ ਦੈਨ ਆਲਸੋ ਸ਼ੀ ਇਜ਼ ਹੈਵਿੰਗ ਲਾਈਕ ਚਿੱਟੇ ਦਾ ਟੀਕਾ ਦਾਰੂ ਸ਼ਾਰੂ ਸਾਰਾ ਕੁਛ ਤਾਂ ਫਿਰ ਅੱਗੇ ਜਵਾਕ ਨੇ ਉਹੀ ਚੀਜ਼ਾਂ ਮੰਗਣੀਆਂ ਨੇ ਪੁਰਾਣੇ ਜ਼ਮਾਨੇ 'ਚ ਜਦੋਂ ਬੱਚਾ ਹੋਣ ਵਾਲਾ ਹੁੰਦਾ ਸੀ ਤਾਂ ਮਾਂ ਨੂੰ ਕੋਈ ਢਾਡਾਂ ਢਾਡੀਆਂ ਵਾਰਾਂ ਕੋਈ ਕਿਤਾਬਾਂ ਵਧੀਆ ਖਾਣਾ ਪੀਣਾ ਦਿੰਦੇ ਹੁੰਦੇ ਸੀ ਪਤਾ ਨਹੀਂ ਕੀ ਚੱਕਰ ਹੈ ਯਾਰ ਸਿਸਟਮ ਕਿਉਂਕਿ ਇੱਥੇ ਇੱਥੇ ਕਿਸੇ ਧਰਮ ਦੀ ਇੱਥੇ ਕਿਸੇ ਜਾਤ ਦੀ ਗੱਲ ਨਹੀਂ ਹੈ ਇਹ ਇਹ ਇਸ 'ਚ ਹਿਊਮੈਨਿਟੀ ਦੀ ਗੱਲ ਆ ਇੱਥੇ ਉੱਪਰ ਬੈਠੇ ਕੁਛ ਲੋਕ ਥੱਲੇ ਦੇ ਬੈਠੇ ਲੋਕਾਂ ਨੂੰ ਤੁਹਾਡੇ ਮੇਰੇ ਵਰਗਿਆਂ ਨੂੰ ਕੀੜੇ ਸਮਝਦੇ ਹੋ ਸਾਨੂੰ ਕੁਚਲਣਾ ਚਾਹੁੰਦੇ ਨੇ ਐਲਨ ਮਸਕ ਹੀ ਦੇਖ ਲਓ ਟਵਿੱਟਰ ਉਹਨੇ ਬਾਏ ਕਰ ਲਿਆ ਅਤੇ ਉਹ ਕੀ ਹਰਕਤਾਂ ਕਰ ਰਿਹਾ ਉੱਥੇ ਕਿੰਨਾ ਬੰਦਾ ਕੱਢਤਾ ਕਿੰਨਿਆਂ ਨੂੰ ਆਰਜ਼ ਵਧਾ ਤੇ ਕੰਮ ਕਰਨ ਦੇ ਉਹਨਾਂ ਦੀ ਕਈ ਫੈਸਿਲਿਟੀਜ਼ ਘੱਟ ਘੱਟ ਕਰਤੀਆਂ ਓਕੇ ਸੋ ਇਹ ਸੀ ਟਰੈਕ ਬਹੁਤਾ ਐਕਸਪਲੇਨ ਕਰਨ ਦੀ ਲੋੜ ਨਹੀਂ ਪੈਂਦੀ ਜਸ ਕਰਨ ਰਿਆੜ ਬਾਈ ਦੇ ਗਾਣੇ ਕਿਉਂਕਿ ਬਾਈ ਨੇ ਨਾ ਬਹੁਤ ਸਿੰਪਲ ਲੈਂਗੁਏਜ 'ਚ ਗਾਣੇ ਲਿਖੇ ਹੁੰਦੇ ਸਿੰਪਲ ਲੈਂਗੁਏਜ 'ਚ ਬਹੁਤ ਸਿੰਪਲ ਤਰੀਕੇ ਨਾਲ ਬਾਈ ਕੰਪੋਜੀਸ਼ਨ 'ਚ ਗਾ ਦਿੰਦਾ ਇੱਕ ਡੰਗਰ ਤੋਂ ਡੰਗਰ ਇਨਸਾਨ ਅਨਪੜ੍ਹ ਤੋਂ ਅਨਪੜ੍ਹ ਇਨਸਾਨ ਵੀ ਉਸ ਲਿਰਿਕਸ ਨੂੰ ਸੁਣ ਕੇ ਸਮਝ ਸਕਦਾ ਕਿ ਹਾਂ ਇਸ ਚੀਜ਼ ਦੀ ਗੱਲ ਹੋ ਰਹੀ ਹੈ ਇਸ ਚੀਜ਼ ਦੀ ਗੱਲ ਹੋ ਰਹੀ ਹੈ ਹੈ ਨਾ ਸੋ ਬਹੁਤ ਹੀ ਐਲੈਬਰੇਸ਼ਨ ਦੀ ਲੋੜ ਨਹੀਂ ਪੈਂਦੀ ਬਾਕੀ ਮੈਂ ਵਿੱਚ ਫਿਰ ਵੀ ਕਾਫੀ ਚੀਜ਼ਾਂ ਕਲੀਅਰ ਕਰਤੀਆਂ ਨੇ ਬਾਕੀ ਦੈਟਸ ਆਲ ਮਿਲਦੇ ਜਾਂਦੇ ਨਵੇਂ ਰਿਐਕਸ਼ਨ ਦੇ ਨਾਲ ਅਤੇ ਇੱਦਾਂ ਦੇ ਗੀਤ ਆਉਂਦੇ ਰਹਿਣ ਬੜੀ ਖੁਸ਼ੀ ਹੁੰਦੀ ਹੈ ਖਜਾਲੇ ਬਾਈ ਤੁਸੀਂ ਵੀ ਕੱਢੋ ਯਾਰ ਮਾੜਾ ਜਿਹਾ ਬਹੁਤ ਟਾਈਮ ਹੋ ਗਿਆ ਸਤਿ ਸ਼੍ਰੀ ਅਕਾਲ